ਤੁਸੀਂ ਦਿੱਤੇ ਆ ਸੀ ਮੰਨਦੇ ਆ ਤੁਸੀਂ ਪੈਸੇ ਅਸੀਂ ਕਿਹੜਾ ਕਹਿੰਦੇ ਨਹੀਂ ਦਿੱਤੇ ਤੁਸੀਂ ਇਹ ਦੇਖੋ ਬੈਂਕ ਦੇ ਵੀ ਪੈਸੇ ਖੜੇ ਆ ਬੈਂਕ ਤੇ ਖੜੇ ਆ ਪਾਰਟੀ ਮਾਰ ਰਹੀ ਹੈ ਬੈਂਕ ਦੇ ਨਾਲ ਸਹਿਮਤ ਆ ਜੈਸੀ ਮੈਂ ਕਰ ਦੇ ਤੁਸੀਂ ਨਿਕਲ ਮੈਂ ਪੜੰਗਾ ਜਿੱਦਾ ਹੋ ਜਾ ਬੰਦੇ ਬਣਾ ਲਓ ਕੋਈ ਜਿਹੜੀ ਸਿਆਣੀ ਦਾ ਬੋਲੀ ਜਾਂਦੇ ਬੋਲੇ ਨਹੀਂ ਬੋਲੀ ਹੱਥ ਜੋੜਾ ਦੇ ਕਿਉਂ ਭਾਜੀ ਜਿਵੇਂ ਮੈਂ ਦੇਖਿਆ ਜਾਵੇ ਕਿ ਐਕਟਿਵਾ ਇੱਕ ਵਾਰੀ ਫਾਈਨੈਂਸ ਕੀਤੀ ਗਈ ਹੈ ਫਿਰ ਅੱਗੇ ਥਾਂ ਕਿੱਦਾਂ ਵੇਚ ਦਿੰਦੇ ਲੋਕ ਭਾਜੀ ਇੱਦਾਂ ਕਿਵੇਂ ਹੈ ਮੰਨ ਲਓ 10000 ਦੇ ਲੋਨ ਤੇ ਇੱਕ ਵਾਰ ਲਈ ਆ 10000 ਡਾਲਰ ਵੀ ਲੋਕ ਭਾਜੀ ਐਨਓਸੀ ਵਗੈਰਾ ਨਹੀਂ ਦੇਖਦੇ 10000 ਦਾ ਮੈਂ ਲੋਨ ਕਰਾਇਆ ਆਪਣੀ ਇੱਕ ਵਾਰ ਦਾ ਹੁਣ ਉਹ ਇੱਕ ਵਾਰ ਤੁਹਾਨੂੰ ਮੈਂ 50000 ਦੀ ਵੇਚ ਦਵਾਂ ਬੈਂਕ ਦਾ ਤਾਂ 90000 ਖੜਾ ਨਾ ਭਾਜੀ ਜੀ ਮੈਂ ਤਾਂ 50000 ਕਮਾ ਕੇ ਆਪਣੇ ਘਰ ਬੈਠ ਗਿਆ ਤੇ ਜਿਹੜੇ ਬੈਂਕ ਦਾ 90000 ਉਹ ਕਿਹਨੇ ਦੇਣਾ ਭਾਜੀ ਇਦਾਂ ਕਾਹਨੂੰ ਕਾਹ ਵੇਚ ਦਿੰਦੇ ਆ ਜੇ ਜੇ ਹੁਣ ਤੁਹਾਨੂੰ 1.5 ਲੱਖ ਰੁਪਏ ਦੀ ਚੀਜ਼ ਭਾਜੀ 20000 ਦੀ ਮਿਲ ਜਵੇ ਤੁਸੀਂ ਤਾਂ ਲੈ ਹੀ ਲੈਣੀ ਆ ਤੁਸੀਂ ਕਹਿੰਦਾ ਯਾਰ ਮੈਨੂੰ 20000 ਦੀ ਮਿਲ ਗਈ ਆ ਪਰ ਬੈਂਕ ਦੇ ਪੈਸੇ ਤਾਂ ਖੜੇ ਆ ਨਾ ਭਾਜੀ खुद चलेंगे ਰਿਕਵਰੀ ਚੱਲ ਚੌਥੀ ਥਾਂ ਚੀਜ਼ ਵਿਕ ਗਈ ਆ ਭਾਜੀ ਸਾਰਾ ਮਿਡਲ ਕਲਾਸ ਤੇ ਭਾਰ ਪੈ ਰਿਹਾ ਲੋਕੀ ਘਪਲੇ ਕਰ ਕਰਕੇ ਉੱਥੋਂ 20000 ਦੇ ਕੇ ਸਕੂਟੀ ਘਟਾਉਂਦੇ ਆ ਬਾਹਰ ਆ ਕੇ 50000 ਦੇ ਰੇਟ ਆਉਂਦੇ ਆ दान दी ने गांह इन वेच दी 10000 ਐਕਟਿਵਾ ਆਪਣੀ ਕਿਸੇ ਅਪਰੂਵ ਤੋਂ ਲੱਗਦੀ ਆ ਵੀ ਪੈਸੇ ਲੈਣੇ ਚਾਹੁੰਦਾ ਠੀਕ ਹੈ ਜੀ
ਜਿੰਨਾ ਕੋਲ ਇੰਨਾ ਦੇ ਪੈਸੇ ਲੈਣੇ ਐਕਟੀਵਾ ਦੀ ਜੋ ਮਰਜ਼ੀ ਹੈ ਉਹਨੂੰ ਜਾ ਕੇ ਫੜ ਲੈ ₹60,000 ₹1.5 ਲੱਖ ਬਣਿਆ ਜਾਂ ਸੀ ਜਿਹੜਾ ਸਕੂਟਰੀ ਲਿੱਤੀ ਹੈ ਉਹਨੂੰ ਚੈੱਕ ਕੀਤਾ ਸੀ ਬੈਂਕ ਲੋਨ ਹੈ ਕੀ ਹੈ ਤੁਹਾਨੂੰ ਜਦੋਂ ਬੈਂਕ ਲੋਨ ਤਾਂ ਲੈ ਕੇ ਦਿੱਤੀ ਹੈ ਕਿਸਾਨ ਉਹਨਾਂ ਨੇ ਦਿੱਤੀਆਂ ਨਹੀਂ ਸੀ ਤੁਹਾਨੂੰ ਮਾਲਕ ਕੌਣ ਹੈ ਮਾਲਕ ਸੰਤੋਸ਼ ਮਾਲਕ ਸ